ਪੰਜਾਬੀ ਏਕਤਜਨ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਦੇਸ਼ ਭਰ ਵਿੱਚ ਵੱਧ ਰਹੀ ਮਹਿੰਗਾਈ ਨੇ ਜਿੱਥੇ ਜਨਤਾ ਦਾ ਲੱਕ ਤੋੜ ਦਿੱਤਾ ਹੈ, ਉੱਥੇ ਹੀ ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨਾਲ ਵਾਹਨ ਚਾਲਕਾਂ ਦੇ ਬੋਝ ਵੱਧ ਰਿਹਾ ਹੈ। ਡੀਜ਼ਲ ਦੇ ਰੇਟ ਵਧਣ ਨਾਲ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਵੀ ਬੱਸਾਂ ਦਾ ਕਿਰਾਇਆ ਵਧਾਉਣ ਲਈ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਕਿਰਾਏ ਵਿੱਚ ਪ੍ਰਤੀ ਕਿਲੋਮੀਟਰ 10 ਪੈਸੇ ਦੇ ਵਾਧੇ ਦੀ ਮੰਗ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਡੀਜ਼ਲ ਅਤੇ ਪੈਟਰੋਲ ਦੇ ਰੇਟ ਕਈ ਵਾਰ ਵਧਣ ਨਾਲ ਇਸਦਾ ਅਸਰ ਆਰਥਿਕ ਤੰਗੀ ਨਾਲ ਜੂਝ ਰਹੀ PRTC ਤੇ ਪੈ ਰਿਹਾ ਹੈ, ਪਰ ਬੱਸਾਂ ਦਾ ਕਿਰਾਇਆ ਵਧਣ ਨਾਲ ਮੁਸਾਫਿਰਾਂ ਦਾ ਸਫ਼ਰ ਮਹਿੰਗਾ ਹੋ ਜਾਵੇਗਾ, ਜਿਸ ਨਾਲ ਉਹਨਾਂ ਦੀ ਜੇਬ ਹੋਰ ਕੱਟੀ ਜਾਵੇਗੀ। ਵਿਭਾਗੀ ਜਾਣਕਾਰੀ ਮੁਤਾਬਿਕ PRTC ਦੀਆਂ ਬੱਸਾਂ ਵਿੱਚ ਰੋਜ਼ਾਨਾ ਦੇ ਹਿਸਾਬ ਨਾਲ 80,000 ਡੀਜ਼ਲ ਦੀ ਖਪਤ ਹੋ ਰਹੀ ਹੈ ਅਤੇ ਡੀਜ਼ਲ ਪਵਾਉਣ ਤੇ ਕਾਰਪੋਰੇਸ਼ਨ ਦਾ ਕਰੀਬ 72 ਲੱਖ ਰੁਪਏ ਪ੍ਰਤੀ ਦਿਨ ਖਰਚ ਆ ਰਿਹਾ ਹੈ। ਖਰਚ ਵਧਣ ਨਾਲ ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰ ਨੂੰ ਉਹਨਾਂ ਦੇ DA ਦੀ ਕਿਸ਼ਤ, ਮੈਡੀਕਲ ਅਤੇ ਹੋਰ ਭੱਤੇ ਦੇਣਾ ਮੁਸ਼ਕਿਲ ਹੋ ਗਿਆ ਹੈ। ਆਰਥਿਕ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ PRTC ਦੇ ਮੈਨੇਜਿੰਗ ਡਾਇਰੈਕਟਰ ਪ੍ਰਨੀਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਡੀਜ਼ਲ ਦੇ ਵਾਧੇ ਰੇਟਾਂ ਨਾਲ ਕਾਰਪੋਰੇਸ਼ਨ ਲਈ ਆਪਣੇ ਖਰਚੇ ਪੂਰੇ ਕਰਨਾ ਕਾਫ਼ੀ ਮੁਸ਼ਕਿਲ ਹੋ ਰਿਹਾ ਹੈ। ਉੱਪਰੋਂ 6ਵਾਂ ਪੇ ਕਮਿਸ਼ਨ ਲਾਗੂ ਕਰਨ ਤੋਂ ਬਾਅਦ ਤਨਖਾਹ ਵੀ ਵੱਧ ਗਈ ਹੈ। ਉਹਨਾਂ ਨੇ ਦੱਸਿਆ ਕਿ PRTC ਦੇ ਬੇੜੇ ਵਿੱਚ ਇਸ ਸਮੇਂ ਤਕਰੀਬਨ 1200 ਬੱਸਾਂ ਹਨ। ਡੀਜ਼ਲ ਦੇ ਰੇਟ ਜਿਸ ਤਰ੍ਹਾਂ ਰੋਜ਼ਾਨਾ ਵੱਧ ਰਹੇ ਹਨ ਅਤੇ ਆਗਾਮੀ ਦਿਨਾਂ ਵਿੱਚ ਖਰਚ ਵਿੱਚ ਹੋਰ ਇਜਾਫੇ ਦੀ ਸੰਭਾਵਨਾ ਹੈ, ਪੰਜਾਬ ਵਿੱਚ ਇਸ ਸਮੇਂ PRTC ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ 1.22 ਰੁਪਏ ਹੈ। ਕੈਬਨਿਟ ਦੀ ਮੀਟਿੰਗ ਵਿੱਚ ਕਾਰਪੋਰੇਸ਼ਨ ਦਾ ਪ੍ਰਸਤਾਵ ਜੇਕਰ ਮੰਨ ਲਿਆ ਗਿਆ ਤਾਂ PRTC ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ 1.32 ਰੁਪਏ ਹੋ ਜਾਵੇਗਾ। ਕਿਰਾਇਆ ਵਧਣ ਨਾਲ PRTC ਦੀ ਰੋਜ਼ਾਨਾ ਦੀ ਆਮਦਨ 10 ਲੱਖ ਰੁਪਏ ਤੱਕ ਵੱਧ ਜਾਵੇਗੀ। ਸੋ ਇਸ ਨੂੰ ਤੱਕ ਦੀ ਵੱਡੀ ਖਬਰ, ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ।